ناصر دعا بسم اللہ لما کن نبلی کل حجت بن الحسن صلواتک علیہ فی کل ساعت و ساعت علی و محافظا و قید و ناصر و دلیل من آتا یا رب محمد و آل محمد و عجل فرجال محمد اکسر و زمان صلی اللہ محمد و آل محمد صلوات پر باواز بلند صلوات پڑھنا بہت ثواب مل کے اونچی آواز نال صلوات پر ہو نعرہ تکبیر نعرہ رسالت یا رسول اللہ حد بلند کر کے نعرہ حیدری یا علی اونچی صلوات پڑھو بابا سے بلند بس دے رہو عباد رہو یا علی سرکار تو قرآن لاوے او ویڑے وسن ہو جائیں وسن جی تو حسین بادشاہ دا ذکر تھیں دے بانیے ملک صاحب دی اپڑی وچھے یا اپڑی بار گئے چھ منظور تو مقبول فرمائے انہاں دے بھراوند جوڑ سلامت ہوئے سویر دایا بانی دی حیثیت وچ بیٹھا رہی ہاں تے مہمان انہاں کو پڑھائے ہن تھوڑے جے ٹائم وچ میرا دل میں مکمل مجلس پڑھا ٹائم تھوڑا مجلس ڈھیر اچھا اعوذ باللہ و سمیع علیم بسم اللہ و رحمان الرحیم صلوات نانے میں مکانی جی انزا کے رہا او رلکو کو مکان دیوں جنہ کو رومانہ لے کوئی نہ ہے علی بادشاہ دیاں دھیاں رونیاں ہیں موسم دی شے نبی دیکھ صحابی اکھا تو نبی نہ ہے کنا تو اتنا گھاٹ سن دے آسمان تے بدل کر جے اوندی گرج دی آواز نہیں سنی دی ڈھلی رات اٹھی بیٹھا اپنی بیوی دے پاس دیکھے آدھے رومن دی آواز کیے آدھے کران سنے پردادار پہ رو دی یا حسین آدھے کران سنے حسین بادشاہ ٹردا ہویا نانے دے روزے تے آئے رو رو کے دکھڑے نانا میرا سلام ہوئی میں وطن پیا چھڑے دا بہن پردا میں تہاڈے مزاج جاننا میرا دل بن گیا میں وینو اپنا جی میں بزرگ پڑھ دے ہوندے ہیں نانے دے روزے تے روندا کھڑے مسلماناں دے پاسے ڈٹھا ہے
ਸਯਾਦਾ ਦੇ ਮੈਂ ਵੱਲ ਨਾ ਆਇਆ ਸਾਂ ਤੁਹਾਡੇ ਸ਼ਹਿਰ ਦੇ ਵਿੱਚ ਜੇ ਆਦੇ ਉਹ ਕਸਾ ਅਸਾਂ ਭੇਣ ਫਿਰਾ ਤੁਹਾਡੇ ਸ਼ਹਿਰ ਦੇ ਵਿੱਚ ਜੇ ਆਦੇ ਅਸਾਂ ਭੇਣ ਫਿਰਾ ਲਿਖ ਦਿੰਦੇ ਲਿਖਵੇਂਦੇ ਹੋ ਜਿਹੜਾ ਹੁਸੈਨ ਦੀ ਤਿਆਰੀ ਤੇ ਨਹੀਂ ਰੋਂਦਾ ਹੁਸੈਨ ਦੇ ਜ਼ਰਬਾਂ ਤੇ ਕਦਾ ਨਾ ਰੋਵੇ ਵਰ ਕਬਰ ਨਬੀਦਾ ਮਿੰਨਤ ਹੁਸੈਨ ਰੋ ਗਿਆ ਦਖੜਾ ਮੇਰੀ ਆਲੀਆ ਭੇੜ ਪਈ ਬਹਿਰਾਂ ਦੀ ਸਯਦਾ ਦੇ ਮੈਂ ਕੁਝ ਸਮਝ ਮੁਜਾਵਰ ਕਬਰ ਨਬੀ ਦਾ ਮਿੰਨਤ ਗਰੀ ਬਦਲਾ ਮੈਂ ਕੁਝ ਸਮਝ ਮੁਜਾਵਰ ਕਬਰ ਨਬੀ ਦਾ ਮਿੰਨਤ ਗਰੀ ਹੁਸੈਨ ਖੜਾ ਦੇ ਕਿਹੜੀ ਮਿੰਨਤ ਰੋ ਗਿਆ ਦੇ ਮੇਰੀ ਆਲੀਆ ਭੇੜ ਪਈ ਬਹਿਰਾਂ ਦੀ ਇਹ ਗੱਲਾ ਸਯਦਾ ਦੇ ਮੈਂ ਕੁਝ ਸਮਝ ਮੁਜਾਵਰ ਕਬਰ ਨਬੀ ਦਾ ਸਮਝ ਮੁਜਾਵਰ ਕਬਰ ਨਬੀ ਦਾ ਮਿੰਨਤ ਹੁਸੈਨ ਮੇਰੀ ਆਲੀਆ ਭੇੜ ਪਈ ਬਹਿਰਾਂ ਦੀ ਗੱਲਾ ਇੱਥੇ ਹੀ ਰੁਨਾ ਰੋਕਿਆ ਦੇ ਨਸਾ ਚਾ ਉਹ ਭੇਣ ਹੁਸੈਨ ਦੀ ਬੈਰ ਪਈ ਆਂਦੀ ਏ ਜੇ ਕੋ ਵਿਹੜੇ ਚ ਟੁਰਨ ਦਰ ਨਹੀਂ ਆਂਦੀ ਮੈਂ ਕੋ ਸਮਝ ਮੁਜਾਵਰ ਕਬਾਰ ਨਬੀ ਦਾਈਆ ਮਿੰਨਤ ਹੁਸੈਨ ਚਲਾ ਪੱਲੋ ਭੇਲ ਭਿਰਾ ਦਾ ਬਾਧ ਵਿਖਨੇ ਤੇ ਮੇਟ ਤਾਗ ਵਜੇ ਦੁਖੀਆ ਦਿਓ ਵਾਦਹਾ ਮੈਂ ਮੁਸਾਫਰੀ ਤੂੰ ਟੁਰ ਵੈਸਾ ਹੈ ਓੜਕ ਛੋ ਯਾ ਹੁਸੈਨ
ਹੱਸਦੇ ਰਹੋ, ਆਬਾਦ ਰਹੋ। ਹੁਸੈਨ ਦੀ ਅੰਮਾ ਹੈ ਤੁਹਾਡਾ ਸਾਡਾ ਪੁਰਸਾ ਕਬੂਲ ਕਰੇ। ਬੜੀ ਸੋਹਣੀ ਮੁਕਾਰ, ਸੋਹਣਾ ਪੁਰਸਾ, ਹੱਸਦੇ ਰਹੋ। ਮੈਂ ਸਹੀ ਨਾਲ ਵਾਅਦਾ ਕੀਤਾ ਜੋ ਮੈਂ ਥੋੜ੍ਹਾ ਪੜ੍ਹਸਾਂ, ਅੱਖਾਂ ਪਹੁੰਚ ਕੇ ਸਲਵਾਤ ਪੜ੍ਹੋ ਬਾਬਾ ਜ਼ਬੂਲਾਂ ਦੀ। ਸਲਵਾਤ ਪੜ੍ਹਨਾ ਬਹੁਤ ਸਵਾਬ ਹੈ, ਮਿਲ ਕੇ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹੋ ਬਾਬਾ ਜ਼ਬੂਲਾਂ ਦੀ। ਕਿਸਾ ਇਬਾਦਤ ਮੁਕੰਮਲ, ਮਜਲਿਸ ਮੁਕੰਮਲ ਕਰਦੇ ਹੋਏ ਤੁਹਾਡਾ ਇਰਾਦਾ ਹੋਵੇ ਤਾਂ ਮੈਂ ਇੱਕ ਦੋ ਸ਼ੇਰ ਕਸੀਦੇ ਦੇ ਪੜ੍ਹਾਂ। ਮੈਂ ਸਵੇਰ ਦਾ ਆਇਆ ਬੈਠ ਰਹੀ ਹਾਂ, ਗਾਜ਼ੀ ਅੱਬਾਸ ਦਾ ਕਸੀਦਾ ਕਹਿ ਨਹੀਂ ਪੜ੍ਹਾਂ, ਦਿੱਲੀ 'ਚ ਮੈਂ ਅਲਮਾਲ ਦਾ ਕਸੀਦਾ ਮੈਂ 'ਚ ਪੜ੍ਹਾਂ। ਦੇਖੋ ਕਸੀਦਾ ਉਹਨਾਂ ਵਾਸਤੇ ਪੜ੍ਹਸਾਂ ਜਿਨ੍ਹਾਂ ਦੇ ਘਰਾਂ 'ਤੇ ਅਲਾਮੇ ਅੱਬਾਸ ਲੱਗੇ ਹੋਏ ਹਨ। ਹੈ ਇਜਾਜ਼ਤ ਪੜ੍ਹਾਂ ਕਸੀਦਾ, ਉੱਚੀ ਸਲਵਾਤ ਪੜ੍ਹੋ ਬਾਬਾ ਜ਼ੇ ਬੁਲੰਦ। ਤੇਰੀ ਰਾਤ ਤੇਰੀ ਰਾਤ ਝੋਪੜ ਪਾ ਲਈਆ ਗਾਜ਼ੇ, ਤੇਰੇ ਅਲਮ ਤੇ ਨਜ਼ਰ ਜਮਾ ਲਈਆ ਗਾਜ਼ੇ। ਵਸਦੇ ਰਹੇ ਹੱਥ ਬੁਲੰਦ ਕਰਕੇ ਨਾਰਾ ਹੈ ਦਰੀ। ਸੀਧਾ ਮੈਂ ਸ਼ੁਰੂ ਕੀਤੇ, ਬੰਦੇ ਚੁੱਪ ਹਨ, ਕੋਈ ਪੜ੍ਹ ਤਾਂ ਨਹੀਂ ਗਿਆ? ਨਹੀਂ ਨਹੀਂ, ਬਿਲਕੁਲ ਤੁਹਾਡੇ ਵਾਸਤੇ ਗਿਣਾ ਤੇਰੀ ਰਾਹਤ ਪੜ੍ਹਾਂ ਮੈਂ ਗਾਜ਼ੀ ਅੱਬਾਸ ਦਾ ਕਸੀਦਾ ਤੇ ਬੰਦੇ ਹੱਥ ਪਾਦਵਾ ਦੇ, ਇਹ ਤਾਂ ਹੋ ਨਹੀਂ ਸਕਦਾ। ਦਾਵਤ ਪਿਆਰੇ ਨਾਲ ਜਿਹੜਾ ਸੁਬਹ ਉੱਠ ਕੇ ਆਪਣੇ ਘਰ 'ਚ ਅੱਬਾਸ ਦੇ ਅਲਮ ਦੀ ਜ਼ਿਆਰਤ ਕਰਦਾ, ਉਹਦੇ ਵਾਸਤੇ ਕਸੀਦਾ ਸ਼ੁਰੂ ਕੀਤਾ। ਬੁਖਾਰਾ ਸੇ ਹੱਕ ਦੀਰਾ ਤੂੰ ਚੁਕਾਰਾ ਸੇ ਬੁਗਜ਼ੇ ਅਲੀ ਵਿੱਚ ਬੁਖਾਰਾ ਸੇ ਘਰ ਤੇ ਅਲਮ ਅੱਬਾਸ ਦਾ ਲਾਚਾ ਸਾਰੀ ਜ਼ਿੰਦਗੀ ਸੁਖਾਰਾ ਸੇ ਤੇਰੀ ਰਾਤ ਜੇ ਹੱਥ ਬੁਲੰਦ ਕਰ ਕੇ ਨਾਰਾ ਹੈ ਦਰੀ ਵਿਸ਼ਵਾਸ ਹੋਸੀ ਜਦ ਲੋਕ ਵਫਾ ਕੋ ਸਮਝ ਵੈਸੇ ਵਤ ਘਰ ਘਰ ਅਲਮ ਅਬਾਸ ਹੋਸੀ ਸ਼ੇਰ ਸੁਣਾਵਾ ਕਹਿਣਾ ਦਿਖੀ ਮੈਂ ਤਾਂ ਸ਼ੇਰ ਹਲਾਲੀਆਂ ਮਵਾਲੀਆਂ ਦੇ ਹਾਂ ਠਾ ਜਾਵੇ ਨ ਦੱਸਣਾ ਚਾਹੁੰਦਾ ਮੇਰਾ ਮੌਲਾ ਅੱਬਾਸ ਕਿਤਨੀ ਅਜ਼ਮਤ ਦਾ ਮਾਲਕ ਕਿਤਨੀ ਸ਼ਾਨ ਦਾ ਮਾਲਕ ਸ਼ੇਰ ਤੇ ਤਵਜਾ ਹਾਂ ਵੇ ਕਿਵੇਂ ਬੁਲੰਦ।
सलवात पढ़ना बहुत स्वभाव है, बल्कि ऊंची आवाज में सलवात पढ़ो। एक कसीदा भी सुनो, अद्धा मिसरा उनके बाद एक वैन पढ़ समय है, इजाजत पढ़ छोड़ा। अच्छा चलो मैं वो ही पढ़ छोड़ा। है करबला 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 बसद पै डोभेरा खुदा खुदा एक हया पढ़ता खाना अलग राजी है। शेर पढ़दा जड़े बोल पाए उन्होंने प्यार को जिन्ना सिर हलाए उन्होंने खार को बाबे को दुआ गिन। शेर पढ़दा कुड़िया ने कूड़ा जनाजा बनाया सलाह की मीटिंग की जनाजा चाक मौला दे कोल जुल सोडे क्या सो याली साडा बंदा मर गया जनाजा पढ़ाओ सलाह पसंद आई। इत बुजुर्ग पढ़ते होंगे नाने दे आखे लग के दो तरह मर गए जनाजा चाक टुर पाए मौला दे कोल आखन दे कदन याली साडा बंदा मर गया जनाजा पढ़ाओ माला मुस्कुरा के देखा दे मैं को सुनो मयलिया मैं को सुनो मैं अलिया। भट्टी साहब ने कलम चे शेर से तो जा हम के मैं मेहमान थे बयत बजान थे
پوچھو نشاد میرے مولا تو علی فرمایا اٹھن مشکل وسدی آئی مایا کے کڈا تا وسدی ہے کریا سوال کون وسدی آئی اٹھارہ بھراواں دی بھیڑ نوکر سڈوی رہا میں بیٹھ ہپو کر لے گالیا لے کرا تو وسدی آئی جد وسدی آئی قطار پھر آئی جد وسدی آئی مسلے تیا کھین وی رومڑا لیا وطن ٹری ٹری عباس رونا رو کیا دے مولا منت کرے نا عباس تے علی دی دھی دا قدم بہر ایک پرانا بہن بابے بھٹی صاحب وہ پڑھ کے تو میں بابے کو منبر دے ملے کون دیا کون دیا شالا دیا جدا کوچ مدینو تھیا وہ پر قسم خدا دی کئی میلا تئی پیو فضل دا روندا یا حسین اچھا کون دیا شلا دیا جدا کوچ مدینہ تھیا پر قسم خدا دی کئی ملا تئی پیو فضل دا روندا آلیا کو کیوں باہر آوے